ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਹਰਜੀਤ ਕੌਰ, ਆਪਣੇ ਚੈਨਲ 'ਤੇ ਸਵਾਗਤ ਹੈ। ਅਸੀਂ ਸਾਰੇ ਠੀਕ ਠਾਕ ਹਾਂ ਜੀ, ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਹੋਵੋਗੇ। ਅਤੇ ਜਿਹੜਾ ਟਾਈਮ ਹੈ ਮੋਰਨਿੰਗ ਦਾ, ਅੱਜ ਹੈਗਾ ਜੀ ਦਿਨ ਸ਼ਨੀਵਾਰ। ਸੁਖਮਨ ਦੇ ਸਕੂਲ, ਸੁਖਮਨ ਹੋਰਾਂ ਨੇ ਛੁੱਟੀ ਆ, ਸਕੂਲ 'ਚ ਮੀਟਿੰਗ ਆ ਗਈ। ਅੱਜ ਆਪਾਂ ਲੇਟ ਹੋ ਗਏ, ਰਾਤ ਅਸੀਂ ਦੀਵਾਨਾ 'ਤੇ ਵੱਗ ਗਏ। ਤੁਹਾਨੂੰ ਦੱਸਿਆ ਹੀ ਹੈ ਵੀ ਆਪਣੇ ਨੇੜੇ ਹੈ ਨਾ ਦੀਵਾਨ ਲੱਗਦੇ ਨੇਗੇ, ਲੇਟ ਹੋ ਗਏ ਕੰਮ ਧੰਦਿਆਂ ਨੂੰ, ਮੱਝਾਂ ਤਾਂ ਨਿਬੇੜਦੇ ਆ, 7 ਵੱਜ ਗਏ। ਇੱਧਰ ਝਾੜੂ ਲਾ ਲੈਣੀ, ਚੱਲ ਜਿਹਨਾਂ ਨੂੰ ਰੋਟੀ ਖਾਣੀ ਆ ਬਣ ਜੂਗੀ। ਅਤੇ ਅੱਜ ਬੀਬੀ ਨੇ ਵੀ ਜਾਣਾ, ਸਰਦਾਰ ਜੀ ਨੇ ਵੀ ਜਾਣਾ। ਅਤੇ ਸਰਦਾਰ ਜੀ ਤਾਂ ਚੱਕ ਲਿਆ ਟੋਕਰ ਆਪਣੇ ਕੱਖ ਪਾਉਂਦੇ ਨੇਗੇ। ਜਿਹੜੀਆਂ ਮੇਰੀਆਂ ਭੈਣਾਂ ਨੇ, ਜਿਹੜੇ ਮੇਰੇ ਵੀਰਾਂ ਨੇ ਦੀਵਾਨ ਸੁਣੇ ਨਾ, ਕਮੈਂਟ ਜ਼ਰੂਰ ਕਰਨ ਵੀ ਅਸੀਂ ਸੁਣਿਆ ਜਾਂ ਲਾਈਵ ਦੇਖਿਆ ਜਾਂ ਦੀਵਾਨਾਂ 'ਤੇ ਆਏ ਸੀ। ਠੀਕ ਆ, ਅੱਜ ਦਾ ਦੀਵਾਨ ਰਹਿ ਗਿਆ, ਵਾਹਿਗੁਰੂ ਚਾਹੇ ਦਰਸ਼ਨ ਕਰਨ ਨੂੰ ਹੈ ਨਾ ਜਾਵਾਂਗੇ ਜ਼ਰੂਰ। ਸਰਦਾਰ ਜੀ ਨੇ ਵੀ ਜਾਣਾ ਅੱਜ ਰਿਸ਼ਤੇਦਾਰੀ 'ਚ, ਇਹ ਵੀ ਕੱਖ ਪਾਉਣ ਲੱਗ ਗਏ ਨੇ ਆਪਦੇ। ਮੈਂ ਗੋਲੀਆਂ ਖਾ ਲਈਆਂ, ਸਾਫ਼ ਕਰੇ ਜੀ। ਊਂ ਤਾਂ ਆਪਣਾ ਵਿਹੜਾ ਸਾਫ਼ ਰਹਿੰਦਾ, ਆਹ ਨਿੰਮ ਦੇ ਨਾ ਪੱਤੇ ਪੇਠੇ ਨੇ ਵੇਲਾ ਕਿੱਡੀਆਂ ਕਿੱਡੀਆਂ ਹੋ ਗਈਆਂ ਨੇ, ਸਾਂਭ ਕੇ ਰੱਖਾਂਗੀ ਹੈ ਨਾ। ਪਰ ਆਪਣੇ ਕੋਲ ਕੋਈ ਪੇਠਾ ਖਾਂਦਾ, ਠੰਡ ਉੱਤਰ ਜੂ ਅੱਜ ਤੁਹਾਡੀ, ਸੁਨੇਹਾ ਸੁਨੇਹਾ ਕੱਖ ਪਾ ਕੇ। ਮੇਰਾ ਮਨ ਜਿਹਾ ਢਿੱਲਾ, ਢਿੱਲਾ ਨਿਕਲਦੇ ਨੇ ਕਸਮ। ਨਸਾਇਆ ਨਹੀਂ ਹਜੇ, ਉਹ ਤਾਂ ਕਿਹੜੇ ਪਏ, ਚਾਹ ਪੀ ਕੇ ਨਹਾ ਵੀ ਲਈ, ਉਹਨੂੰ ਨਹੀਂ ਨਸਾਇਆ ਹੈਗਾ। ਹਰਾ ਹੀ ਪਾ ਲਓ ਨਾ, ਸੰਨੀ ਗੱਲ ਚੱਜ ਨਾਲ ਖਾਧੀ ਨਹੀਂ ਮੈਂ, ਸਦਾ ਹਰਾ ਤੇ ਆਹ ਪਾ ਦੂੰਗੀ ਖੀੜ। ਸੰਨੀ ਗੱਲ ਖਾਧੀ ਨਹੀਂ, ਨੱਕ ਜਾ ਮਾਰ ਮਾਰ ਕੇ ਰੋਲੀ ਹੋਈ ਹੈ, ਪਤਾ ਨਹੀਂ ਇਹਦੀ ਫੀੜ ਬਦਲ ਗਈ ਤਾਂ ਕਰਕੇ ਨਹੀਂ ਖਾਧੀ। ਮੰਮੀ ਅੱਜ ਮੂਲੀ ਵਾਲੇ ਪਰਾਂਠੇ ਬਣਾਵਾਂਗੀ। ਨਾ ਐਂ ਨਹੀਂ ਪੁੱਤ, ਸਾਰਾ ਦਿਨ ਰੋਜ਼ ਨਹੀਂ ਤਲੀ ਚੀਜ਼ ਖਾਈ ਦੀ ਹੁੰਦੀ, ਮੂਲੀਆਂ ਵਾਲੇ ਪਰੌਂਠੇ ਤਲੀ ਚੀਜ਼ ਨਹੀਂ ਰੋਟੀ ਰੋਜ਼ ਖਾਈ ਦੀ ਹੁੰਦੀ। ਮੂਲੀਆਂ ਪੱਟ ਕੇ ਉਹਨੂੰ ਛਿੱਲ ਕੇ ਖਾ ਕੇ ਉੱਤੋਂ ਦੀ ਆਟਾ ਖੋਲ ਕੇ ਖਾ ਲਓ, ਲੂਣ ਮਿਰਚ ਲਾ ਕੇ ਮੂਲੀ ਵਾਲਾ ਪਰੌਂਠਾ ਬਣ ਜੂ, ਮੂਲੀ ਵਾਲਾ ਪਰੌਂਠਾ ਬਣ ਜੂ। ਉਹ ਤਰੀ ਕਿਹਾ ਹੋਰੀ ਘੁੱਟ ਭਰ ਲਈ, ਉਹ ਤਾਂ ਰੋਜ਼ ਤਲੀਆਂ ਚੀਜ਼ਾਂ ਮਾੜੀਆਂ ਨੇ। ਰਾਤ ਬਾਬੇ ਨੇ ਦੀਵਾਨ 'ਚ ਨਹੀਂ ਦੱਸਿਆ ਸੀ, ਸਰੀਰ ਨੂੰ ਫਿੱਟ ਰੱਖੋ ਅਗੇ, ਬਿਮਾਰੀ ਨਹੀਂ ਲੱਗਦੀ ਕੋਈ। ਠੀਕ ਹੈ ਗੱਲ, ਬੰਦਾ ਕਹਿੰਦੇ ਭੁੱਖ ਨਾਲ ਨਹੀਂ ਮਰਦਾ, ਬੰਦਾ ਖਾ ਕੇ ਮਰਦਾ, ਬੰਦਾ ਭੁੱਖਾ ਨਹੀਂ ਮਰਦਾ। ਠੀਕ ਹੈ ਗੱਲ, ਜਦੋਂ ਆਪਾਂ ਤਲੀਆਂ ਫਲੀਆਂ ਚੀਜ਼ਾਂ ਖਾਈ ਜਾਂਦੇ ਹਾਂ, ਮੋਟਾਪਾ ਵੱਧਦਾ, ਬਿਮਾਰੀਆਂ ਲੱਗਦੀਆਂ ਨੇ, ਬੰਦਾ ਆਪੇ ਮਰਦਾ। ਆਪਾਂ ਘੱਟ ਖਾਵਾਂਗੇ, ਆਪਣਾ ਸਰੀਰ ਫਿੱਟ ਰਹੂਗਾ, ਆਪਾਂ ਨਹੀਂ ਮਰਦੇ, ਫਿੱਟ ਰਹਾਂਗੇ, ਫਿੱਟ ਨੂੰ ਬਿਮਾਰੀ ਵੀ ਨਹੀਂ ਕੋਈ ਲੱਗਦੀ। ਲਓ ਜੀ, ਜਿਹੜੇ ਟਾਈਮ 2:30 ਵੱਜ ਗਏ ਨੇ, ਆਪਾਂ ਨੇ ਇੱਧਰ ਮਧਾਣੀ ਲਾ ਦੀ, ਬਾਅਦ ਪਦ 2:30 ਵੱਜਣੇ ਸਵੇਰ ਦੇ ਨਹੀਂ। ਅਤੇ ਨਾਲ ਹੀ ਨਾਲ ਮੈਂ ਕੜਾਹੀ ਧਰ ਲਈ, ਥੋੜ੍ਹੀ ਜਿਹੀ ਇਹਦੇ ਵਿੱਚ ਮੱਖਣੀ ਪਾ ਦਿੱਤੀ ਹੈ, ਮਧਾਣੀ ਪੂੰਝ ਕੇ ਬਸ ਘਿਓ ਕੱਢ ਕੇ ਪਾ ਦੂੰ। ਮੈਂ ਇਹ ਮੱਚੂਗੀ ਨਹੀਂ ਹੈਗੀ ਆਪਣੀ ਕੜਾਹੀ, ਅਤੇ ਬਸ ਹੁਣ ਆਪਾਂ ਕੰਮ ਨੇ ਜਿਹੜੇ ਤਿਆਰ ਨੇ, ਮੱਝਾਂ ਬੰਨਿਆ ਇੱਕ, ਅੱਖਾਂ 'ਤੇ ਚਾਹ ਬਣਾ ਕੇ ਪੀ ਲਈ ਹੈ।
ਅੱਜ ਬੀਬੀ ਵੀ ਨਹੀਂ ਘਰੇ ਹੈਗੀ, ਸਰਦਾਰ ਜੀ ਵੀ ਨਹੀਂ ਘਰੇ ਹੈਗੇ, ਉਹ ਰਿਸ਼ਤੇਦਾਰ 'ਚ ਗਏ ਹੋਏ ਨੇ ਆਪਣੇ। ਤਾਂ ਕਰਕੇ ਕੱਲਿਆਂਗੇ। ਫਿਰ ਨਿਕਮਾ ਫਿਰ ਤਾਂ ਪਾ ਦਿਉ, ਮੈਂ ਮਾਚਣਾ ਜਾ ਕੇ ਆਪਣੀ ਕੜਾਹੀ, ਫਿਰ ਮੈਂ ਮਧਾਣੀ ਪੂਰ ਕੇ ਪਾਉਂਗੀ। ਬਾਕੀ ਅੱਗੇ ਹੈ ਨਾ ਟਾਈਮ ਵੀ ਚੰਗੇ ਸੀਗੇ, ਜਿਹੜੇ ਆਪਣੇ ਕਿਸੇ ਰਿਸ਼ਤੇਦਾਰ 'ਚ ਕੋਈ ਬਿਮਾਰੀ ਹੋ ਜਾਂਦੀ ਜਾਂ ਦੁੱਖ ਹੋ ਸੁੱਖ ਹੋ ਜੋ ਵੀ ਹੈ ਨਾ, ਜੇ ਢਿੱਲ ਮੱਠ ਹੋ ਜਾਂਦੀ, ਜੇ ਮਰਗਤ ਹੋ ਜਾਂਦੀ, ਅਤੇ ਸਾਰੀ ਜਿਵੇਂ ਹੁਣ ਅਸੀਂ ਮਹੀਨੇ ਬਾਅਦ ਫਸਲ ਆਉਂਦੇ ਹਾਂ, ਜੇ ਹਾੜੀ ਦੀ ਫਸਲ 'ਚ ਮੌਤ ਹੋ ਜਾਂਦੀ ਜਾਂ ਸਾਉਣੀ ਦੀ ਫਸਲ 'ਚ ਮੌਤ ਹੋ ਜਾਂਦੀ, ਕਿਉਂਕਿ ਪਰਿਵਾਰ ਇਕੱਠੇ ਹੁੰਦੇ ਸੀ, ਪੰਜ ਪੰਜ ਛੇ ਛੇ ਭਾਈ ਹੁੰਦੇ ਸੀ ਹੈ ਨਾ, ਪੰਜ ਪੰਜ ਛੇ ਛੇ ਦਰਾਣੀ ਜਠਾਣੀ ਹੁੰਦੀਆਂ ਸੀ, ਵਧੀਆ ਟਾਈਮ ਲੰਘਾਉਂਦੇ ਆ ਰਹੇ, ਦੁੱਖ ਵੰਡਾਉਂਦੇ ਹੈ ਨਾ। ਅਤੇ ਜੇ ਢਿੱਲ ਮੱਠ ਜਾਂਦੇ, ਢਿੱਲ ਮੱਠ ਦਾ ਐਂ ਵੀ ਨਹੀਂ ਪਤਾ ਲੱਗਦਾ ਸੀ, ਅਤੇ ਸੂਹ ਮੰਤਰ ਕਰਕੇ ਵਾਲਾ ਠੀਕ ਹੋ ਜਾਂਦਾ ਸੀਗਾ, ਕਿਉਂਕਿ ਜਿਹੜਾ ਆਪਾਂ ਨੇ ਦਲਾਸਾ ਹੁੰਦਾ ਹੈ ਨਾ, ਉਹ ਬਹੁਤ ਵੱਡਾ ਹੁੰਦਾ, ਦਲੇਰੀ ਆਪਾਂ ਕਿੱਥੇ ਤਾਂ ਆਪਾਂ ਬੰਦੇ ਨੂੰ ਹੈ ਨਾ, ਸਾਰੇ ਭੈਣ ਭਾਈ ਭੈਣਾਂ ਭੂਆ ਮਾਸੀਆਂ ਇਕੱਠੀਆਂ ਹੋ ਜਾਣਿਆ, ਮਾਮੀਆਂ ਸਾਰੇ ਇਕੱਠੇ ਹੋ ਜਾਂਦੇ, ਆਪਾਂ ਇਕੱਠੇ ਹੋ ਕੇ ਨਿਆਲੇ ਦਾ ਕੰਮ ਕਰਦੇ ਹਾਂ, ਨਿਆਲੇ ਨੂੰ ਦਲਾਸਾ ਦਿੰਦੇ ਹਾਂ ਹੈ ਨਾ। ਉਹ ਟਾਈਮ ਤਾਂ ਹੁਣ ਰਹੇ ਨਹੀਂ ਹੈਗੇ ਸਾਰੇ, ਕਿਉਂ ਰਹੇ ਵੀ ਕਿੱਥੋਂ ਹੈ ਨਾ, ਸਾਰੇ ਕੋਈ ਇਕੱਲੇ ਇਕੱਲੇ ਨੇ, ਬਸ ਜਾਂ ਇੱਕ ਭੈਣ ਇੱਕ ਭਰਾ ਜਾਂ ਦੋ ਭੈਣਾਂ ਇੱਕ ਭਰਾ, ਬਸ ਜਾਂ ਦੋ ਭੈਣਾਂ ਜਾਂ ਇਕੱਲੇ ਦੋ ਭਰਾ, ਉਹ ਵੀ ਅਲੱਗ ਅਲੱਗ ਨੇ, ਨਾ ਉਹ ਘਰ ਛੱਡ ਕੇ ਜਾ ਸਕਦਾ ਨਾ ਉਹ ਘਰ ਛੱਡ ਕੇ ਜਾ ਸਕਦਾ ਗਾ। ਅੱਗੇ ਲੋਕ ਦੁੱਖ ਬਣਾਉਂਦੇ ਸੀਗੇ, ਅਤੇ ਹੁਣ ਤਾਂ ਬਸ ਟਾਈਮ ਹੀ ਨਹੀਂ ਲੱਗਦਾ ਜਾਣ ਦਾ, ਹੁਣ ਤਾਂ ਇਹ ਕਹਿੰਦੇ ਟਾਈਮ ਨਹੀਂ ਹੈਗਾ ਜਾਣ ਦਾ, ਅਤੇ ਤਾਂ ਹੀ ਨਾ ਹੁਣ ਦੁੱਖ ਤਕਲੀਫ ਵੱਧ ਗਏ, ਕਿਉਂ ਆਪਦਾ ਇਕੱਲਾ ਹੀ ਸੋਚੀ ਜਾਂਦਾ ਹੈਗਾ ਵੀ ਮੈਂ ਕੀ ਕਰਾਂ ਹੈ ਨਾ। ਹੁਣ ਤਾਂ ਮਾੜਾ ਜਿਹਾ ਕੰਮ ਹੈਗਾ ਅਤੇ ਕੰਮ ਵਾਲਾ ਆਪਾਂ ਨੂੰ ਲਾਉਣਾ ਪੈਂਦਾ ਸਾਹਮਣਾ, ਜਿਹੜਾ ਇਕੱਲਾ ਕਹਿ ਰਿਹਾ ਬੰਦਾ ਬਿਮਾਰ ਆ ਉਹਨੂੰ ਤਾਂ ਆਪਦਾ ਆਪ ਸਾਂਭਣ ਨੂੰ ਵੀ ਕੋਈ ਰੱਖਣਾ ਪੈਂਦਾ, ਕਿਉਂਕਿ ਹੁਣ ਇਕੱਲਾਪਣ ਹੋ ਗਿਆ ਵਾਲਾ, ਇੱਕ ਇੱਕ ਬੱਚਾ ਉਹ ਵੀ ਬਾਹਰ ਚੱਲਿਆ ਗਿਆ, ਮਾਂ ਪਿਓ ਕੀ ਕਰੇ, ਮਾਂ ਪਿਓ ਨੂੰ ਘਰ ਸਾਂਭਣਾ ਪੈਂਦਾ ਹੈਗਾ। ਅਤੇ ਅੱਗੇ ਆਪਣੇ ਇੰਨਾ ਵੱਡਾ ਵੱਡਾ ਪਰਿਵਾਰ ਹੁੰਦਾ, ਉਹ ਕਿਹੜਾ ਭੁੱਖਾ ਮਰ ਜਾਂਦਾ ਸੀਗਾ, ਬਸ ਹੁਣ ਉਹੀ ਗੱਲ ਆ ਹੈ ਨਾ, ਕੋਈ ਦੁੱਖ ਸੁੱਖ ਵੰਡਾਉਣ ਜੋਗਰਾ ਵੀ ਨਹੀਂ ਕਿਸੇ ਨਾਲ ਵੀ ਦੁੱਖ ਸੁੱਖ ਵੰਡਾ ਦੂਗਾ। ਸਮਾਂ ਵਾਲਾ ਇਕੱਲਾ ਬੰਦਾ ਬਿਮਾਰ ਆ ਜਿਹੜਾ ਪਿਆ ਹੀ ਸੋਚੀ ਜਾਂਦਾ, ਕਿੱਥੇ ਵਾਲੇ ਹੁਣ ਦਲਾਸਾ ਹੋਵੇ ਕੋਲ। ਆਪਾਂ ਮਾਖਣੀ ਕੱਢ ਲਿੱਤੀ ਹੈਗੀ, ਨਾਲ ਦੀ ਨਾਲ ਮੈਂ ਚੁੱਲ੍ਹੇ 'ਤੇ ਧਰੀ ਹੋਈ ਆ ਬਿਜਲੀ ਵਾਲੇ 'ਤੇ, ਇਸ ਤਰ੍ਹਾਂ ਮੈਂ ਲੱਸੀ ਕੱਢਦੀ ਹਾਂ ਹਲਿਆ ਹਲਿਆ ਕੇ, ਕਿਉਂਕਿ ਲੱਸੀ ਵਾਲਾ ਘਿਓ ਛੇਤੀ ਬਣਦਾ ਨਹੀਂ ਹੈਗਾ, ਸਾਰੀਆਂ ਭੈਣਾਂ ਨੂੰ ਪਤਾ ਹੀ ਹੈ। ਲੋ ਜੀ ਆਪਣਾ ਘਿਓ ਨਿਕਲ ਗਿਆ, ਆਪਾਂ ਨਾ ਲੱਸੀ ਲੁੱਸੀ ਸਾਂਭ ਦਈਏ, ਬਾਅਦ 'ਚ ਮਿਲਦੇ ਹਾਂ। ਲੋ ਜੀ ਘਿਓ ਆਪਣਾ ਬਣ ਗਿਆ ਗਾ, ਸਬਜ਼ੀ ਆਪਣੀ ਤਿਆਰ ਆ ਸਗਮੁਲਾਂ ਦੀ। ਜਦੋਂ ਵੀ ਆਪਾਂ ਸਗਮੁਲਾਂ ਦੀ ਸਬਜ਼ੀ ਬਣਾਉਣੀ, ਇੱਕ ਦਿਨ ਪਹਿਲਾਂ ਪੱਟ ਕੇ ਧੋ ਕੇ ਰੱਖੋ ਅਤੇ ਪਾਣੀ ਜਮ੍ਹਾਂ ਨਹੀਂ ਛੱਡ ਲਈ, ਸੁੱਕੀ ਸੁੱਕੀ ਸਬਜ਼ੀ ਬਣਾਉਂਦੀ। ਅਤੇ ਇਹਦੇ ਵਿੱਚ ਪਾ ਲਿਆ ਆਪਾਂ ਨੇ ਤੇਲ, ਇਹ ਨਾ ਮੈਂ ਅਲਮਾਰੀ ਤਾਂ ਕਰਕੇ ਖੁੱਲੀ ਰੱਖ ਲੈਣੀ ਆ, ਇਹ 'ਚ ਮਹਾਰਾਜ ਦੀ ਆਪਾਂ ਜੋਤ ਲਾਉਂਦੇ ਹਾਂਗੇ, ਅਤੇ ਤਾਂ ਕਰਕੇ ਅਲਮਾਰੀ ਖੁੱਲੀ ਹੁੰਦੀ, ਇੱਥੇ ਜੋਤ ਧੂਪ ਕਰਦੇ ਹੁੰਦੇ, ਪਹਿਲਾਂ ਆਹ ਸਾਈਡ ਕਰਦੇ ਹੁੰਦੇ ਸੀ, ਹੁਣ ਇਹ ਭਰਾ ਲਏ, ਫਿਰ ਮੈਂ ਇੱਥੇ ਕਰਨ ਲੱਗ ਜੋਤ ਧੂਪ। ਅਤੇ ਇੰਨਾ ਸੋਹਣਾ ਧਨੀਆ ਹੋਇਆ ਆਪਣੇ ਕੱਚਾ ਕੱਚਾ, ਇਹ ਕੱਟ ਲਿਆ, ਇਹ 'ਚ ਰੇਤਾ ਬਹੁਤ ਆ, ਜਾਲੀ ਵਾਲੀ ਜਰੂਰ ਵਿਹਲੀ ਹੋ ਗਈ,
ਇਹ ਪਾ ਕੇ ਖੁੱਲ੍ਹੇ 'ਚ ਪਾਣੀ ਧੋਵਾਂਗੇ ਇਸ ਤੋਂ। ਫਿਰ ਹੁਣ ਤਾਂ ਗਰਮ ਹੋਈ ਨਹੀਂ, ਮੈਂ ਤੜਕਾ ਧੋ ਲਿਆਉਣੀ ਆ। ਇਹਦੇ ਵਿੱਚ ਲਸਣ, ਅਦਰਕ, ਗੰਢੇ ਸਾਰਾ ਕੁਛ ਕੱਟਿਆ ਹੋਇਆ। ਆਹ ਭਾਂਡੇ ਧੋਤੇ ਹੋਏ ਨੇਗੇ, ਇਹ ਧਰਨੇ ਤਾਂ। ਹਾਂ ਹਜੇ ਮੇਰੀ ਬਾੜੀ ਰਮਾਉਣ ਵਾਲੀ ਸੀ ਆ, ਕੰਮ ਨਾ ਬਹੁਤ ਜ਼ਿਆਦਾ ਹੋਏ ਪਏ ਨੇਗੇ। ਦਿਨ ਛੋਟੇ ਨੇ, ਕੰਮ ਨਿਬੜ ਨੂੰ ਹਟ ਕੇ ਤਾਰਾਂ ਕੱਪੜਿਆਂ ਨੇ ਭਰੀਆਂ ਪਈਆਂ ਨੇ, ਗਿਣਤੀ ਹੋਈ ਜਾਂਦੀ ਆ ਕੰਮਾਂ ਦੀ। ਦਿਨ ਛੋਟੇ ਨੇਗੇ, ਨਿਬੜਦੇ ਘੱਟ ਨੇ। ਇਹ ਚ ਆਪਾਂ ਤੜਕਾ ਪਾ ਲਿਆ ਗਾ, ਨਹੀਂ ਇੱਥੇ ਬਹਿ ਕੇ ਤੜਕਾ ਭੁੰਨ ਲਾਂਗੇ, ਨਹੀਂ ਆਪਾਂ ਗੱਲਾਂ ਕਰ ਲਾਂਗੇ, ਨਹੀਂ ਆਪਾਂ ਸਬਜ਼ੀ ਬਣਾ ਲਾਂਗੇ। ਦੇਖੋ ਕਿੰਨਾ ਕੁ ਨਿਕਲੂਗਾ ਅੱਜ ਥੋੜਾ। ਥੱਲੇ ਲੱਗ ਗਿਆ ਥੋੜ੍ਹਾ ਜਿਹਾ, ਮੈਂ ਕੰਮ ਕਰਾਂ, ਕੰਮ ਕਰਨ ਲੱਗ ਗਈ ਅਤੇ ਥੱਲੇ ਲੱਗ ਗਿਆ। ਬਚਾ ਹੋਣਾ ਪੁੱਤ, ਇਸ ਤਰ੍ਹਾਂ ਹੋਇਆ ਬਚਾਰੀ ਹੋਇਆ, ਫਿਰ ਭੁੱਜ ਜਾਣੀ ਹੋਈ। ਬਚਾਰੇ ਕਰਕੇ ਆਪਾਂ ਗੜਜੀ ਵਾਲਾ ਵਰਤ ਲਾ, ਕਿੰਨੀ ਭਰ ਗਈ ਬਣਾ ਲਾਂਗੇ ਪੰਜੀਰੀ। ਸਬਜ਼ੀਆਂ ਆ ਗਈਆਂ, ਉਹਨਾਂ ਦੇ ਕੁਛ ਖਾਵਾਂਗੇ ਬਣਾਉਣਾ। ਅੱਜ ਅਸੀਂ ਜਾਵਾਂਗੇ ਟਿਊਸ਼ਨ ਦੇ, ਅੱਜ ਦਾ ਦਿਨ ਹੋਰ ਆ, ਦੀਵਾਨਾ ਕਰਕੇ ਪੁਲਿਸ ਸੁਭਾਅ ਹੀ ਲੱਗੀ ਹੁੰਦੀ ਆ, ਅੱਜ ਦਾ ਦਿਨ ਹੋਰ ਖੜ ਜਾਓ। ਓਨੀ ਸੰਗਤ ਹੁੰਦੀ ਓਨੀ ਪੁਲਿਸ ਹੁੰਦੀ ਹੈ, ਅੱਜ ਦੀ ਅੰਦਵਾਨ ਨੇ ਬਸ, ਅੱਜ ਦਾ ਦਿਨ ਹੋਰ ਨਾ ਜਾਓ ਰੱਖਾ ਰੁਕਿਆ ਪਿਆ। ਕੀੜੀਆਂ ਮੰਗੂ ਫਿਰਦੇ ਪੁਲਿਸ ਤਾਂ, ਤਿੰਨ ਜ਼ਿਲ੍ਹਿਆਂ ਦੀ ਪੁਲਿਸ ਆਈ। ਕੁੜੀਆਂ ਵੀ ਬਹੁਤ ਹੁੰਦੀਆਂ ਨੇ ਦਾਤਾਂ ਵੀ, ਜਦੋਂ ਆਪਾਂ ਦੀਵਾਨ 'ਚ ਬਹਿੰਦੇ ਹਾਂਗੇ ਮੱਥਾ ਟੇਕਦੇ ਹਾਂ ਮਹਾਰਾਜ ਨੂੰ, ਦਸਤਾਵੇਂ ਚੈਕਿੰਗ ਹੁੰਦੀ ਹੈ, ਉੱਥੇ ਕਰ ਲਈ ਚੈਕਿੰਗ, ਉੱਥੇ ਕਰ ਲਈ, ਉੱਥੇ ਕਰ ਲਈ, ਪੁਲਿਸ ਵਾਲਿਆਂ ਨੇ ਅੱਡ ਕਰ ਲਈ, ਕੁੜੀਆਂ ਨੇ ਲੇਡੀਜ਼ ਨੇ ਅੱਡ ਕਰ ਲਈ, ਲੇਡੀਜ਼ ਨੇ ਜਿਹੜੀਆਂ ਉਹ ਭੈਣਾਂ ਦੀ ਤਲਾਸ਼ੀ ਕਰਦੀਆਂ ਨੇ, ਅਤੇ ਵੀਰ ਨੇ ਜਿਹੜੇ ਉਹ ਵੀਰਾਂ ਦੀ ਕਰਦੇ ਨੇ। ਇਹਦੇ ਵਿੱਚ ਹੀ ਆਹ ਕਰਦੇ ਪਾਉਣੇ ਆਪਣੀ ਸਬਜ਼ੀ,
ਲੋਕਾਂ ਨੂੰ ਮਿਰਚ ਪਾਵਾਂਗੇ ਕਿਉਂਕਿ ਇਹ 'ਚ ਪਾਣੀ ਨਹੀਂ ਪੈ ਜਾ ਸਗਮਲਾਂ 'ਚ ਪਾਣੀ ਆਪ ਨਹੀਂ ਹੁੰਦਾ ਕੱਲ੍ਹ ਦੇ ਚੀਰੇ ਪੈਣੋਂ ਤਾਂ ਰਸ ਮੋੜ ਜਿਹਾ ਹੋ ਗਿਆ ਸੀ ਪਾਣੀ ਸੁੱਕੀ ਸੁੱਕੀ ਕਰੇਲਿਆਂ ਵਾਲੀ ਸਬਜ਼ੀ ਦੀ ਆਪਾਂ ਨੂੰ ਸਗਮਲਾਂ ਦੀ ਸਬਜ਼ੀ ਖਾਣੀ ਚਾਹੀਦੀ ਆ ਰੁੱਤ ਰੁੱਤ ਜਿਹੜੀਆਂ ਸਾਰੀਆਂ ਰੁੱਤ ਰੁੱਤ ਦੇ ਮੇਰੇ ਹੈ ਨਾ ਕਹਿੰਦੇ ਹੁੰਦੇ ਨੇਗੇ ਉਹੀ ਗੱਲ ਹੈ ਜਿਵੇਂ ਜਿਵੇਂ ਵੀ ਰੁੱਤ ਦੀ ਸਬਜ਼ੀ ਆ ਤੁਹਾਨੂੰ ਸਾਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਨੇ ਦੋ ਮੈਂ ਆਲੂ ਪਾ ਲਏ ਛੋਟੇ ਛੋਟੇ ਅਤੇ ਬਾਕੀ ਸਗਮਲ ਨੇ ਸਾਗ ਵੀ ਪਿਆ ਗਾ ਕਰਕੇ ਟੈਂਟ ਬਾਰੇ ਕੀਤੀ ਹੋਈ ਆ ਬੱਚਿਆਂ ਨੂੰ ਇਸ ਤਰ੍ਹਾਂ ਭੁੰਨਾਂਗੇ ਪਹਿਲਾਂ ਆਪਣਾ ਲਾਸਣ ਵੀ ਹੁਣ ਭੁੰਨਿਆ ਪਾ ਦੇ ਰੱਖ ਲਾਸਣ ਅਤੇ ਹੁਣ ਆਪਾਂ ਨੂੰ ਇਸ ਤਰ੍ਹਾਂ ਭੁੰਨਾਂਗੇ ਘਿਓ ਮੈਂ ਅੰਦਰ ਧਰਿਆਉਂਦੀ ਹਾਂ ਇਹ ਨਾ ਅੱਧੀ ਕਿਲੋ ਤੋਂ ਉੱਪਰ ਆ ਗੜਬੀ ਪਾ ਦਿੰਦੇ ਲੂਣ ਮਿਰਚ ਪਾਵਾਂਗੇ ਆਪਣੇ ਹਿਸਾਬ ਨਾਲ ਜੋ ਵੀ ਆਪਾਂ ਵੱਧ ਖਾਂਦੇ ਹਾਂ ਜਾਂ ਘੱਟ ਖਾਂਦੇ ਹਾਂ ਹੈ ਨਾ ਥੋੜ੍ਹੀ ਜਿਹੀ ਪਾਵਾਂਗੇ ਆਪਾਂ ਕਾਲੀ ਮਿਰਚ ਕਿਉਂਕਿ ਕਾਲੀ ਮਿਰਚ ਨਾਲ ਡਾਇਬੂਟ ਡਰ ਡਾਇਬੂਟ ਦਾ ਡਰ ਨਹੀਂ ਹੋਇਆ ਆਪਾਂ ਬੈਠ ਕੇ ਪਾ ਲੈਣੇ ਕਾਲੀ ਮਿਰਚ ਪੂਰਾ ਪਾਣੀ ਨਹੀਂ ਛੱਡਿਆ ਹੈਗਾ ਇਹਨਾਂ ਨੇ ਸਬਜ਼ੀ ਬਣਾਉਣੀ ਜੇ ਵੀ ਤੁਸੀਂ ਭੈਣਾਂ ਨੇ ਬਣਾਉਣੀ ਆ ਸਗਮਲਾਂ ਦੀ ਸਬਜ਼ੀ ਇਸ ਤਰੀਕੇ ਨਾਲ ਬਣਾਈ ਜਮ੍ਹਾਂ ਨਹੀਂ ਪਾਣੀ ਛੱਡਦੀ ਇੱਕ ਦਿਨ ਪਹਿਲਾਂ ਕੱਟ ਕੇ ਰੱਖਿਓ ਬਸ ਥਾੜੀ ਨੂੰ ਫਿਰ ਦੁਬਾਰਾ ਪਾਉਣ ਵੇਲੇ ਧੋਇਓ ਨਾ ਢੱਕ ਕੇ ਰੱਖ ਲਿਓ ਚੰਗੀ ਤਰ੍ਹਾਂ ਹਵਾ ਪੈਣ ਦੀ ਰੱਖ ਲਿਓ ਹਵਾ ਪੈਣ ਨਾਲ ਉਹਦੇ 'ਤੇ ਆਪਣਾ ਮੱਖੀ ਮੁੱਖੀ ਤੋਂ ਡਰ ਲੱਗਦਾ ਅਤੇ ਫਿਰ ਉਹਦਾ ਪਾਣੀ ਸੁੱਕ ਜਾਂਦਾ ਹੈ ਇਹ 'ਚ ਪਾ ਧਣੀਆਂ ਪਾ ਕੇ ਚੰਗੀ ਤਰ੍ਹਾਂ 'ਚ ਰੇਤਾ ਵਾਲਾ ਗਾ ਚੰਗੀ ਤਰ੍ਹਾਂ ਧੋਵਾਂਗੇ ਧਣੀਆਂ ਧੋ ਕੇ ਚੰਗੀ ਤਰ੍ਹਾਂ ਦੱਬ ਕੇ ਨਿਚੋੜ ਕੇ ਫਿਰ ਪਾਵਾਂਗੇ ਕਿਉਂਕਿ ਫਿਰ ਧਣੀਆਂ 'ਚ ਵੀ ਗਿੱਲੇ 'ਚ ਪਾਣੀ ਹੁੰਦਾ ਗਾ ਸਬਜ਼ੀ ਬਣਾਉਣ ਵੇਲੇ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਸੁੱਕੀ ਸਬਜ਼ੀ ਬਣਾਉਣ ਵੇਲੇ ਤਾਂ ਖਾਸ ਕਰਕੇ ਧਿਆਨ ਰੱਖਣਾ ਪੈਂਦਾ ਦੇਖ ਲਓ ਇੰਨਾ ਸਮਾਨ ਟਿੱਕਿਆ ਸਾਡਾ ਇਹ 'ਚ ਨੀਚੇ ਤਾਂ ਵੀ ਅਸੀਂ ਕੇਨੀ ਉੱਪਰ ਰੱਖ ਦਿੱਤੇ ਕਿਉਂ ਫਿਰ ਉੱਪਰ ਲਾਉਣੀਆਂ ਸੌਖੀਆਂ ਨੇਗੀਆਂ ਜਦੋਂ ਖੇਤ 'ਚ ਆਹ ਪਾਣੀ ਜਾਂਦਾ ਗਾ ਲਓ ਜੀ ਆਪਣੀ ਸੁੱਕੀ ਸੁੱਕੀ ਸਬਜ਼ੀ ਦੇਖੋ ਤੁਪਕਾ ਪਾਣੀ ਦਾ ਵੀ ਨਹੀਂ ਹੈਗਾ ਸੁੱਕੀ ਸੁੱਕੀ ਸਬਜ਼ੀ ਬਣ ਗਈ ਹੈ ਜੇ ਇਸ ਤਰ੍ਹਾਂ ਮੇਰੇ ਤਰੀਕੇ ਨਾਲ ਬਣਾਉਂਗੇ ਸਬਜ਼ੀ ਜਮ੍ਹਾਂ ਨਹੀਂ ਪਾਣੀ ਛੱਡਦੀ ਅਤੇ ਆਪਣੀ ਸਬਜ਼ੀ ਬਣ ਗਈ ਹੈ ਆਪਾਂ ਇਹਦੇ ਵਿੱਚ ਪਾ ਦਾਂਗੇ ਧਣੀਆ ਧਣੀਆਂ ਵੀ ਨਿਚੋੜ ਕੇ ਪਾਉਣੀਆਂ ਨੇ ਪਾਣੀ ਕੱਢ ਕੇ ਧਣੀਏ ਨਾਲ ਰੰਗ ਰੂਪ ਚੜ੍ਹ ਜਾਂਦਾ ਸਬਜ਼ੀ ਨੂੰ ਜਿਵੇਂ ਕੁੜੀਆਂ ਨੂੰ ਮੇਕਅਪ ਕਰਕੇ ਚੜ੍ਹ ਜਾਂਦਾ ਚਲੋ ਜੀ ਆਪਾਂ ਕਰਦੇ ਹਾਂ ਵੀਡੀਓ ਦਾ ਐਂਡ ਜੇਕਰ ਚੈਨਲ 'ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਕੱਲ੍ਹ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਵਲੌਗ ਦੀ ਇੱਥੇ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ